ਰਜਿੰਦਰ ਸਿੰਘ ਬਰਾੜ ਸਾਹਿਬ ਦਾ ਫੋਨ ਆਇਆ। ਬੜੀ ਮਨ ਨੂੰ ਠੇਸ ਪਹੁੰਚੀ ਇਸ ਗੱਲ ਇਹ ਗੱਲ ਸੁਣ ਕੇ। ਅਤੇ ਹੁਣ ਬਰਾੜ ਸਾਹਿਬ ਨਾਲ ਗੱਲ ਹੋਈ ਸੀ, ਉਹ ਚੰਡੀਗੜ੍ਹੋਂ ਚੱਲ ਪਏ ਆ ਜੀ, ਇੱਥੇ ਹੋਰ 2 ਘੰਟੇ ਤੱਕ ਮੋਗੇ ਆ ਜਾਣਗੇ ਜੀ। ਉਹਨਾਂ ਨੇ ਜਿਹੜੀ ਸਾਨੂੰ ਗੱਲਬਾਤ ਦੱਸੀ ਹੈ ਜੀ, ਜਥੇਦਾਰ ਸਾਹਿਬ ਦਾ ਜਿਹੜਾ ਸੰਸਕਾਰ ਆ ਉਹ ਇਸੇ ਕੋਠੀ ਮੋਗੇ ਵਾਲੀ ਕੋਠੀ 'ਚ ਹੀ ਕਰਨਾ ਜੀ। ਮੰਗਲਵਾਰ ਨੂੰ 11 ਵਜੇ ਦਾ ਟਾਈਮ ਇੱਥੇ ਜਿਹੜਾ ਰੱਖਿਆ ਹੋਇਆ ਜੀ। ਬਹੁਤ ਹੀ ਦੁਖਦਾਈ ਖਬਰ ਆ, ਬਹੁਤ ਹੀ ਦੁਖਦਾਈ ਸਮਾਂ, ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਥੰਮ ਹੈ ਔਰ ਮੋਗਾ ਜ਼ਿਲ੍ਹਾ, ਉਹਨਾਂ ਨੂੰ ਸਿਰਫ ਅਕਾਲੀ ਦਲ ਹੀ ਨਹੀਂ ਸਾਰੀਆਂ ਪਾਰਟੀਆਂ ਇਹ ਮੰਨਦੀਆਂ ਕਿ ਜਥੇਦਾਰ ਦੇ ਜਿੰਨਾ ਕੋਈ ਵਿਕਾਸ ਨਹੀਂ ਕਰ ਸਕਦਾ। ਔਰ ਪਿੰਡ ਦੀਦਾਰ ਸਿੰਘ ਵਾਲਾ ਦੇ ਵਿੱਚ 2 ਮਾਰਚ 1941 ਨੂੰ ਉਹਨਾਂ ਨੇ ਜਨਮ ਲਿਆ, ਜਿੱਥੇ ਮੁੱਢਲੀ ਸਿੱਖਿਆ ਉੱਥੋਂ ਪ੍ਰਾਪਤ ਕੀਤੀ, ਉੱਥੇ ਮੋਗਾ ਦੇ DM ਕਾਲਜ ਤੋਂ ਵੀ ਉਹਨਾਂ ਨੇ ਪੜ੍ਹਾਈ ਕੀਤੀ ਔਰ ਮੋਗਾ ਆਣ ਕੇ ਜਿੱਥੇ ਚੋਣ ਲੜੀ, 2 ਵਾਰੀ ਕੈਬਨਿਟ ਮੰਤਰੀ ਬਣੇ, ਉੱਥੇ ਮੋਗੇ ਹਲਕੇ ਨੂੰ ਨਹੀਂ ਮੋਗਾ ਜ਼ਿਲ੍ਹੇ ਨੂੰ ਆਪਣਾ ਪਰਿਵਾਰ ਸਮਝਿਆ। ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ, ਦਿਹਾੜੀ ਦੇ ਖੁਸ਼ੀਆਂ ਗਮੀਆਂ ਦੇ 20-22 ਪ੍ਰੋਗਰਾਮ ਅਟੈਂਡ ਕਰਨੇ, ਸਰਕਾਰ ਹੋਣੀ ਨਾ ਹੋਣੀ ਉਹਦੇ ਬਾਵਜੂਦ ਅਖਬਾਰ ਤੋਂ ਪੜ੍ਹ ਕੇ ਔਰ ਵੱਡੇ ਅਫਸਰਾਂ ਨੂੰ ਚੰਡੀਗੜ੍ਹ ਫੋਨ ਲਾ ਕੇ ਕਹਿਣਾ ਵੀ ਕਾਕਾ ਤੁਸੀਂ ਇਹਨੂੰ ਗੱਲ ਨੂੰ ਐਂ ਕਰ ਲਓ, ਕਦੇ ਇਹ ਨਹੀਂ ਸੋਚਣਾ ਕਿ ਸਾਡੀ ਸਰਕਾਰ ਨਹੀਂ। ਔਰ ਵਿਕਾਸ ਦਾ ਮਸੀਹਾ ਤਾਂ ਸਾਰੇ ਕਹਿੰਦੇ ਆ, ਲੋਕਾਂ ਦਾ ਹਮਦਰਦ ਅੱਜ ਸਾਡੇ ਕੋਲੋਂ ਵਿਛੜ ਗਿਆ, ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੈ, ਬਹੁਤ ਦੁਖਦਾਈ ਖਬਰ ਹੈ, ਕਿਉਂਕਿ ਹਰ ਭਾਈਚਾਰੇ ਨੂੰ ਪਿਆਰ ਕਰਨ ਵਾਲੇ ਸੀ, ਹਰ ਇੱਕ ਨਾਲ ਪਿਆਰ ਕਰਨ ਵਾਲੇ ਸੀ। ਸੋ ਇਹ ਪਤਾ ਲੱਗਿਆ ਕਿ 24 ਤਰੀਕ ਦਿਨ ਮੰਗਲਵਾਰ 11 ਵਜੇ ਉਹਨਾਂ ਦਾ ਸੰਸਕਾਰ ਇੱਥੇ ਕੋਠੀ ਦੇ ਵਿੱਚ ਹੀ ਕੀਤਾ ਜਾਣਾ।